ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਦਰਬਾਰ ਸਾਹਿਬ ਅੰਦਰ ਖਜ਼ਾਨਾ ਹੈ ਹਰ ਇੱਕ ਸਿੱਖ ਨੂੰ ਪਤਾ ਹੋਣਾ ਚਾਹੀਦਾ ਹੈ ਇਹ ਮਹਾਨ ਇਤਿਹਾਸ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਆਪਣੇ ਪਿੰਡਾਂ ਦੇ ਵਿੱਚ ਵੀ ਹੈ ਔਰ ਦਰਬਾਰ ਸਹਿਬ ਵੀ ਹੈ ਸਾਰੇ ਪਾਸੇ ਹੋਣਾ ਚਾਹੀਦਾ ਹੈ ਇਕੱਲਾ ਪ੍ਰਕਾਸ਼ ਹੀ ਨਹੀਂ ਬਲਕਿ ਅਸੀਂ ਪੜੀਏ ਵੀ ਬਾਣੀ ਨੂੰ ਵਿਚਾਰੀਏ ਵੀ ਸਾਡੇ ਵੱਲੋਂ ਪਹਿਲ ਇਹੋ ਹੀ ਹੋਵੇ ਅਸੀਂ ਜਿੰਨਾ ਵੀ ਬਾਣੀ ਨੂੰ ਪੜ ਸਕੀਏ ਪੜੀਏ ਜਿੰਨਾ ਵੀ ਪੜ ਸਕਦੇ ਆ ਪੜੀਏ ਵਿਚਾਰੀਏ ਮੈਂ ਗੁਰੂ ਘਰ ਦਾ ਕੁੱਕਰ ਹੋਣ ਦੇ ਨਾਤੇ ਕਈ ਵਾਰੀ ਇਹ ਬੇਨਤੀਆਂ ਜੜੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ ਸਾਧ ਸੰਗਤ ਪੜੀਏ ਜਿੰਨਾ ਹੋ ਸਕਦਾ ਵਿਚਾਰੀਏ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਵੇ ਕਿ ਪਿਆਰਿਓ ਜਿੰਨਾ ਚਿਰ ਅਸੀਂ ਵਿਚਾਰਾਂਗੇ ਨਾ ਜਿੰਨਾ ਚਿਰ ਪੜਾਂਗੇ ਨਾ ਉਹਨਾਂ ਚਿਰ ਗੱਲ ਨਹੀਂ ਬਣਨੀ ਔਰ ਦੂਜੀ ਗੱਲ ਇਹ ਆ ਦਰਬਾਰ ਸਾਹਿਬ ਬਹੁਤ ਵੱਡਾ ਖਜ਼ਾਨਾ ਹੈ ਖਜ਼ਾਨਾ ਸਾਡੇ ਅੰਦਰ ਵੀ ਹੈ ਪਰ ਸਮਝ ਸਮਝ ਦੀ ਫਰਕ ਹੈ ਹੁਣ ਕਹੋਗੇ ਵੀ ਦਰਬਾਰ ਸਾਹਿਬ ਕਿਹੜਾ ਖਜ਼ਾਨਾ ਹੈ ਦਰਬਾਰ ਸਾਹਿਬ ਇਹੋ ਜਿਹਾ ਕਿਹੜਾ ਖਜ਼ਾਨਾ ਹੈ ਜਿਹੜਾ ਅੱਜ ਤੱਕ ਸਾਨੂੰ ਮਿਲਿਆ ਨਹੀਂ ਕਿ ਸਾਧ ਸੰਗਤ ਉਹ ਖਜ਼ਾਨਾ ਜਿਹੜਾ ਨਾ ਦਰਬਾਰ ਸਾਹਿਬ ਉਹ ਬਹੁਤ ਵੱਡਾ ਖਜ਼ਾਨਾ ਹੈ ਤੇ ਪਿਆਰਿਓ ਉਹ ਖਜ਼ਾਨਾ ਜਿਹੜਾ ਨਾ ਉਹ ਹਰ ਕਿਸੇ ਨੂੰ ਨਹੀਂ ਮਿਲਦਾ ਉਹਨਾਂ ਨੂੰ ਮਿਲਦਾ ਜਿਹੜੇ ਭਾਵਨਾ ਸਹਿਤ ਹੁੰਦੇ ਨੇ ਉਥੇ ਭਾਵਨਾ ਸਹਿਤ ਜਾਂਦੇ ਨੇ ਇਹ ਗੱਲ ਯਾਦ ਰੱਖਿਓ ਵੀ ਜਿਹੜੇ ਭਾਵਨਾ ਸਹਿਤ ਜਾ ਕੇ ਉਥੇ ਨਤਮਸਤਕ ਹੁੰਦੇ ਨੇ ਭਾਵਨਾ ਸਹਿਤ ਜਾ ਕੇ ਇਸ ਕਰਕੇ ਆਪਾਂ ਅੱਜ ਕੁਝ ਬੇਨਤੀਆਂ ਜੜੀਆਂ ਨੇ ਸਾਂਝੀਆਂ ਕਰਨ ਲੱਗੇ ਆ ਸਾਧ ਸੰਗਤ ਜੀਓ ਦਰਬਾਰ ਸਾਹਿਬ ਜਦੋਂ ਆਪਾਂ ਜਾਣੇ ਆ ਇੰਟਰ ਹੁੰਨੇ ਆ ਉੱਥੇ ਬੜੀਆਂ ਨਾਇਆਬ ਚੀਜ਼ਾਂ ਨੇ ਵੇਖਣ ਵਾਲੀਆਂ ਸਭ ਤੋਂ ਪਹਿਲੀ ਗੱਲ ਕਿ ਪਿਆਰਿਓ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ 6 ਪਾਤਸ਼ਾਹੀਆਂ ਤੱਕ ਚਰਨ ਛੋਹ ਪ੍ਰਾਪਤ ਧਰਤੀ ਐ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਭ ਤੋਂ ਪਹਿਲਾ ਚਰਨ ਉੱਥੇ ਪਏ ਪਿਆਰਿਓ ਜਿੱਥੇ ਆਪਾਂ ਗੱਲ ਕਰੀਏ ਬਾਬਾ ਬੁੱਢਾ ਜੀ ਦਾ ਪਹਿਲੀ ਵਾਰ ਮਲਾਪ ਹੋਇਆ ਉਹਨਾਂ 베ਰੀਆਂ ਕੋਲੇ ਜਿਹਨੂੰ ਅੱਭਾ ਵੇਖਦੇ ਆ ਵੀ ਸਾਈਡ ਤੇ ਲੰਗਰ ਵਾਲੇ ਪਾਸਿਓਂ ਜਦੋਂ ਆਪਾਂ ਇਧਰੋਂ ਜਾਂਦੇ ਆ ਲੰਗਰ ਹਾਲ ਵਾਲੇ ਪਾਸੇ ਜਦੋਂ ਆਪਾਂ ਜਾਂਦੇ ਆ ਤੇ ਸਾਧ ਸੰਗਤ ਉਦੋਂ ਖੱਬੇ ਸੱਜੇ ਹੱਥ ਮੁੜ ਕੇ ਜੋ 베ਰੀਆਂ ਨੇ ਦਰبار صاحب ਦੇ ਬਿਲਕੁਲ ਐਨ ਅੱਗੇ ਜਾ ਕੇ ਘੰਟਾ ਘਰ ਵਾਲੀ ਜਿਹੜੀ ਹੈਰੀਟੇਜ ਸਟਰੀਟ ਹੈ ਉਹ ਸਾਈਡ ਉਥੇ ਉਹ ਉਥੇ ਪਾਤਸ਼ਾਹ ਦਾ ਮਿਲਾਪ ਹੁੰਦਾ ਹੈ ਬਾਬਾ ਬੁੱਢਾ ਜੀ ਜਿਨ੍ਹਾਂ ਬਾਬਾ ਬੂੜਾ ਜੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਤੇ ਦੂਜੀ ਬੇਨਤੀ ਸਾਧ ਸੰਗਤ ਦਰਬਾਰ ਸਾਹਿਬ ਜਿੰਨੇ ਪੱਥਰ ਲੱਗੇ ਆ ਨਾ ਉਹ ਕੱਲਾ ਪੱਥਰ ਨਹੀਂ ਹੈ ਪਿਆਰਿਓ ਉਹ ਕੱਲਾ ਕੱਲਾ ਪੱਥਰ ਉਹ ਇੱਕ ਇੱਕ ਸਿੰਘ ਦਾ ਸਿਰ ਹੈ ਜੋ ਉਥੇ ਲੱਗਿਆ ਹੋਇਆ ਹੈ ਪਿਆਰਿਓ ਕੁਰਬਾਨੀਆਂ ਬਹੁਤ ਹੋਈਆਂ ਨੇ ਬڑے ਲੋਕ ਬੜੀਆਂ ਹਕੂਮਤਾਂ ਚੜ੍ਹ ਕੇ ਆਈਆਂ ਤੇ ਹੰਦਰ ਹੰਮੰਦਰ ਸਾਹਿਬ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਦਰਬਾਰ ਸਾਹਿਬ ਨੂੰ ਵੀ ਜਿਹੜਾ ਉਹਨਾਂ ਨੇ ਇਹ ਆਸ਼ੀ ਦਾ ਅੱਡਾ ਬਣਾਇਆ ਤੇ ਪਿਆਰਿਓ ਤੇ ਯਾਦ ਰੱਖਿਓ ਦਰਬਾਰ ਸਾਹਿਬ ਦਾ ਜਿਹੜਾ ਸਰੋਵਰ ਹੈ ਉਹਨੂੰ ਵੀ ਪੂਰ ਦਿੱਤਾ ਗਿਆ ਉਹਦੇ ਵਿੱਚ ਵੀ ਗੰਦ ਭਰ ਦਿੱਤਾ ਗਿਆ ਤੇ ਸਾਧ ਸੰਗਤ ਪਰ ਫਿਰ ਉੱਥੇ ਗੁਰੂ ਕੇ ਪਿਆਰਿਆਂ ਨੇ ਆ ਕੇ ਬਦਲੇ ਲਏ ਇਤਿਹਾਸ ਸਾਡੇ ਸਾਹਮਣੇ ਆ। ਔਰ ਦੂਜੀ ਬੇਨਤੀ ਹੁਣ ਸਮਝਿਓ ਇੱਕ ਉਹ ਸਥਾਨ ਹੈ 68 ਤੀਰਥ 68 ਤੀਰਥਾਂ ਤੇ ਇਸ਼ਨਾਨ ਕਰਨ ਦਾ ਫਲ ਜਿੱਥੇ ਮਿਲਦਾ ਹੈ ਉਹ ਸਥਾਨ ਜਦੋਂ ਆਪਾਂ ਲੰਗਰ ਹਾਲ ਕਿੰਨੀ ਉਹ ਜਾਣਦੇ ਆ ਨਾ ਤੇ ਜਦੋਂ ਆਪਾਂ ਲੰਗਰ ਹਾਲ ਕਿੰਨੀ ਉਹ ਜਾਣਦੇ ਆ ਜਿੱਧਰ ਗੁਰੂ ਨਾਨਕ ਨਿਵਾਸ ਹੈ ਜੇ ਮੈਂ ਭੁੱਲਦਾ ਨਹੀਂ ਤੇ ਤੇ ਲੰਗਰ ਹਾਲ ਦੇ ਗੇਟ ਤੋਂ ਸਾਹਮਣੇ ਜਿਹੜੀ ਅੰਦਰ ਡਿਊਟੀ ਬਣੀ ਜਾਂਦਾ ਪਰਵੇਸ਼ ਕਰਦੇ ਆ ਇੰਟਰ ਕਰਦੇ ਆ نیچے ਤੇ ਉੱਥੇ ਸਾਹਮਣੇ ਉਹ ਅਸਥਾਨ ਬਣਿਆ ਹੋਇਆ ਹੈ ਤੇ ਜਿੱਥੇ ਦੁਖ ਭੰਜਨੀ 베ਰੀ ਦੇ ਨਾਲ ਤੇ ਸਾਧ ਸੰਗਤ 86 ਤੀਰਥ ਉਹ ਅਸਥਾਨ ਹੈ ਜਿੱਥੇ ਕਦੇ ਸਾਡੇ ਗੁਰੂ ਸਹਿਬਾਨ ਬੈਠੇ ਨੇ ਜਿੱਥੇ ਗੁਰੂ ਸਹਿਬਾਨ ਨੇ ਬੈਠ ਕੇ ਫੈਸਲੇ ਕੀਤੇ ਜਿੱਥੇ ਗੁਰੂ ਸਹਿਬਾਨ ਨੇ ਬੈਠ ਕੇ ਬੰਦਗੀ ਕੀਤੀ ਤੇ ਪਿਆਰਿਓ ਜਿੱਥੇ ਬੈਠ ਕੇ ਸੱਚੇ ਪਾਤਸ਼ਾਹ ਨੇ ਸਰੋਵਰ ਤੱਕ ਦੀਆਂ ਸੇਵਾਵਾਂ ਵੀ ਕਰਵਾਈਆਂ ਉਹ ਅਸਥਾਨ ਇਹ ਇਹੀ ਖਜ਼ਾਨਾ ਹੈ ਸਾਡਾ ਜਿਹੜਾ ਉੱਥੇ ਸਮੋਇਆ ਹੋਇਆ ਛੋਟੀਆਂ-ਛੋਟੀਆਂ ਨਿੱਕੀਆਂ-ਨਿੱਕੀਆਂ ਚੀਜ਼ਾਂ ਬਾਰੇ ਸਾਨੂੰ ਪਤਾ ਹੋਵੇ ਤੇ ਸਾਧ ਸੰਗਤ ਇਧਰੋਂ ਹੀ ਜਦੋਂ ਆਪਾਂ ਜਾਣੇ ਆ ਨਾ ਅੱਗੇ ਜਾ ਕੇ ਪਰਕਰਮਾਂ ਦੇ ਵਿੱਚ ਇਹ ਸਥਾਨ ਬਣਿਆ ਹੋਇਆ ਹੈ ਬਾਬਾ ਦੀਪ ਸਿੰਘ ਜੀ ਦਾ ਉਹ ਸਥਾਨ ਜਿੱਥੇ ਬਾਬਾ ਦੀਪ ਸਿੰਘ ਜੀ ਵੈਰੀਆਂ ਦੇ ਨਾਲ ਲੜਦੇ ਹੋਏ ਮੁਗਲਾਂ ਦੇ ਨਾਲ ਲੜਦੇ ਹੋਏ ਬਿਨਾਂ ਸੀਸ ਤੋਂ ਪਿਆਰਿਓ ਲਾ ਜਾ ਕੇ ਸੀਸ ਪ੍ਰਕਰਮਾਂ ਦੇ ਵਿੱਚ ਧਰਿਆ ਇੱਕ ਵਿਦਵਾਨ ਨੇ ਲਿਖਿਆ ਕਿੰਦੇ ਪਾਤਸ਼ਾਹ ਜੀ ਹੇ ਗੁਰੂ ਰਾਮਦਾਸ ਜੀ ਤੇਰੇ ਦਰ ਤੇ ਆਉਣ ਵਾਲੀਆਂ ਸੰਗਤਾਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਚੜਾਉਂਦੀਆਂ ਨੇ ਪਰ ਮੈਂ ਆਪਣੇ ਸੀਸ ਦਾ ਹੀ ਪ੍ਰਸ਼ਾਦ ਚੜਾਵਾਗਾ ਕਿਨੇ ਬਾਬਾ ਦੀਪ ਸਿੰਘ ਜੀ ਨੇ ਉਹ ਕਰਕੇ ਦਿਖਾਇਆ ਜੋ ਕਿਸੇ ਵਿੱਚ ਹਿੰਮਤ ਨਹੀਂ ਸੀ ਸ਼ਾਇਦ ਭਿਖ ਦੇ ਵਿੱਚ ਵੀ ਇਹੋ ਜਿਹਾ ਕੋਈ ਯੋਧਾ ਨਿਤਰੇ ਤੇ ਗੁਰੂ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ ਜਿਸ ਤੋਂ ਪਾਤਸ਼ਾਹ ਨੇ ਸੇਵਾ ਲੈਣੀ ਹੈ ਉਹੀ ਇਹ ਕਰ ਸਕਦਾ ਹੈ ਇਹ ਵਖਰੀ ਸੇਵਾ ਸੀ ਬਾਬਾ ਦੀਪ ਸਿੰਘ ਜੀ ਦੀ ਸਾਧ ਸੰਗਤ ਮੈਂ ਪਹਿਲਾਂ ਬੇਨਤੀ ਕੀਤੀ ਰ ਵੀ ਜਿਹੜਾ ਉੱਥੇ ਕੱਲਾ ਕੱਲਾ ਸਿਰ ਜਿਹੜਾ ਕੱਲਾ ਕੱਲਾ ਪੱਥਰ ਹੈ ਜਦੋਂ ਪੈਰ ਧਰਦੇ ਹੋ ਮਹਿਸੂਸ ਕਰਿਆ ਕਰੋ ਵੀ ਉਹ ਕੱਲਾ ਪੱਥਰ ਨਹੀਂ ਉਹ ਇੱਕ ਇੱਕ ਸਿੰਘ ਦਾ ਸੀਸ ਹੈ ਉਹ ਕੁਰਬਾਨੀਆਂ ਨੇ ਜਿਹੜੀਆਂ ਉਸ ਹਰਿਮੰਦਰ ਸਾਹਿਬ ਨੂੰ ਪੰਥ ਨੂੰ ਪੰਥ ਦੀ ਆਜ਼ਾਦੀ ਦੇ ਲਈ ਹੋਈਆਂ ਨੇ ਜਿਨ੍ਹਾਂ ਤੇ ਅਸੀਂ ਤੁਰ ਰਹੇ ਹਾਂ ਇਹ ਯਾਦ ਰੱਖਿਆ ਕਰੋ ਸਾਧ ਸੰਗਤ ਇਹ ਬਹੁਤ ਵੱਡੀਆਂ ਚੀਜ਼ਾਂ ਨੇ ਤੇ ਐਸੇ ਗੁਰੂ ਕੇ ਪਿਆਰੇ ਐਸੇ ਸਿੰਘ ਵੀ ਹੋਏ ਪਿਆਰਿਓ ਜਿਹੜੇ ਜੱਸਾ ਸਿੰਘ ਅੰਗੜੀਏ ਵਰਗੇ ਜੱਸਾ ਸਿੰਘ ਆਲੂਵਾਲੀਏ ਵਰਗੇ ਤੇ ਹੋਰ ਅਨੇਕਾਂ ਸਾਡੇ ਇਹੋ ਜਿਹੇ ਜਿਹੜੇ ਮਿਸਲਾਂ ਦੇ ਸਰਦਾਰ ਹੋਏ ਤੇ ਪਿਆਰਿਓ ਜਿਹੜੇ ਦਿੱਲੀ ਦੇ ਤਖਤ ਦੀ ਉਹ ਸਿਲ ਉਹ ਤਖਤ ਤੋਂ ਸਿੱਲ ਪੁੱਟ ਕੇ ਘੋੜਿਆਂ ਮਗਰ ਪਾ ਕੇ ਅੰਮ੍ਰਿਤਸਰ ਸਾਹਿਬ ਲੈ ਆਏ ਤੇ ਉਹ ਇਤਿਹਾਸਿਕ ਸਿੱਲ ਜਿਹੜੀ ਹੈ ਉਥੇ ਪਈ ਹੈ ਜੱਸਾ ਸਿੰਘ ਦੇ ਬੁੰਗੇ ਦੇ ਵਿੱਚ ਉਹ ਆਪਾਂ ਜਦੋਂ ਜਨਨ ਲੰਗਰ ਹਾਲ ਦੇ ਨਾਲ ਹੀ ਛੋਟਾ ਜਿਹਾ ਗੇਟ ਬਣਿਆ ਉੱਥੋਂ ਜਾ ਕੇ ਆਪਾਂ ਅੰਦਰ ਦਰਸ਼ਨ ਕਰ ਸਕਦੇ ਹਾਂ ਉਹ ਤਖਤ ਦਿੱਲੀ ਦਾ ਤਖਤ ਪੁੱਟ ਲਿਆ ਸੀ ਯੋਧੇ ਸਾਧ ਸੰਗਤ ਭਾਵੇਂ ਹਕੂਮਤ ਨੇ ਬੜਾ ਜ਼ੋਰ ਲਾਇਆ ਮਿਟਾਉਣ ਦੇ ਲਈ ਪਰ ਪਿਆਰਿਓ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਭਾਵਨਾ ਸੀ ਨਾ ਹਰਮੰਦਰ ਸਾਹਿਬ ਦੇ ਵਿੱਚੋਂ ਜਿਹੜੀ ਆਉਂਦੀ ਆਵਾਜ਼ ਸੀ ਉਹਨੂੰ ਰੋਕਿਆ ਨਹੀਂ ਗਿਆ ਉਹਨੂੰ ਰੋਕਿਆ ਨਹੀਂ ਸੀ ਜਾ ਸਕਦਾ ਹਕੂਮਤ ਦੇ ਵਸ ਨਹੀਂ ਸੀ ਇਹ ਗੱਲ ਪਿਆਰਿਓ ਹਕੂਮਤ ਬਹੁਤ ਕੁਝ ਕਰਨਾ ਚਾਹੁੰਦੀ ਸੀ ਪਰ ਸਮੇਂ-ਸਮੇਂ ਤੇ ਪਾਤਸ਼ਾਹ ਨੇ ਕਿਰਪਾ ਕੀਤੀ ਉਹਨਾਂ ਯੋਧਿਆਂ ਨੂੰ ਤਿਆਰ ਕੀਤਾ ਜਿਨ੍ਹਾਂ ਨੇ ਮੂੰਹ ਤੋੜ ਮੇਂ ਜਵਾਬ ਦਿੱਤੇ ਹਕੂਮਤਾਂ ਨੂੰ ਚਾਹੇ 1984 ਹੋਵੇ 47 ਹੋਵੇ ਜਾਂ ਜਿਵੇਂ ਮਰਜ਼ੀ ਜੋ ਮਰਜ਼ੀ ਇਹੋ ਜਿਹਾ ਹੋਵੇ ਦਰਬਾਰ ਸਾਹਿਬ ਬਿਜਲੀ ਦੇ ਪ੍ਰਬੰਧ ਵੀ ਕੀਤੇ ਅਨੋਖੀਆਂ ਸੇਵਾਵਾਂ ਵੀ ਲਈਆਂ ਹਾਲਾਂਕਿ ਬਿਜਲੀ ਦੇ ਖੰਬੇ ਜਿਹੜੇ 8 ਸੀ ਤੇ ਪਿਆਰਿਓ ਉਹਨਾਂ ਦੇ ਵਿੱਚੋਂ ਹੁਣ 4 ਹੀ ਰਹਿ ਗਏ ਪਰ ਕਰਮਾਂ ਦੇ ਵਿੱਚ ਜਿਵੇਂ ਭੁੱਲਦਾ ਨਹੀਂ ਤਾਂ ਅਨ ਦਲੀਪ ਸਿੰਘ ਇੱਕ ਮਹਾਰਾਜਾ ਸੀ ਜਿਸ ਨੇ ਇਹ ਸੇਵਾ ਕਰਵਾਈ ਸੀ 1930 ਦੇ ਵਿੱਚ ਪਹਿਲੀ ਵਾਰ ਦਰਬਾਰ ਸਹਿ ਬਿਜਲੀ ਆਈ ਸੀ ਇਹ ਖਜ਼ਾਨੇ ਨੇ ਪਿਆਰਿਓ ਅਨਮੋਲ ਖਜ਼ਾਨੇ ਨੇ ਸਾਡੇ ਇਤਿਹਾਸ ਦੇ ਇਹ ਸ਼ਾਇਦ ਕਿਸੇ ਨੂੰ ਪਤਾ ਹੋਣ ਤੇ ਸਾਨੂੰ ਇਹਨਾਂ ਚੀਜ਼ਾਂ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਇਹੋ ਹੀ ਖਜ਼ਾਨੇ ਨੇ ਇਤਿਹਾਸ ਆਪਣੇ ਆਪ ਦੇ ਵਿੱਚ ਖਜ਼ਾਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ